ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਰੇਡੀਓ ਸਿਟੀ ਪੇਸ਼ ਕਰਦੇ ਨੇ ਗੁਰਮਤ ਯਾਤਰਾ ਭਾਈ ਹੀਰਾ ਸਿੰਘ ਦੀ ਜ਼ੁਬਾਨੀ। ਆਓ ਅਸੀਂ ਸਾਰੇ ਸਿਮਰਨ ਕਰੀਏ ਅਤੇ ਆਪਣਾ ਜੀਵਨ ਸਫਲਾ ਕਰੀਏ। ਕਲ ਯੁਗ ਦੇ ਵਿੱਚ ਦੁਨੀਆ ਤਪਦੀ ਪਈ ਸੀ ਤੇ ਤਪਦੀ ਦੁਨੀਆ ਨੂੰ ਠਾਰਨ ਵਾਸਤੇ ਬਾਬਾ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਭਾਈ ਮਰਦਾਨਾ ਨੂੰ ਲੈ ਕੇ ਪਹਿਲੀ ਉਦਾਸੀ ਵੱਲ ਨਿਕਲੇ। ਆਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਆਵੇ ਦੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਦਣ ਤਰਤ ਲੁਕਾਈ, ਸੋਦਣ ਤਰਤ ਲੁਕਾਈ, ਸੋਦਣ ਤਰਤ ਲੁਕਾਈ, ਸੋਦਣ ਤਰਤ ਲੁਕਾਈ। ਤਪਦੀ ਦੁਨੀਆ ਨੂੰ ਠਾਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਦੇ ਦੌਰਾਨ ਅਹਿਮਨਾਬਾਦ ਪਹੁੰਚੇ, ਜਿੱਥੇ ਭਾਈ ਲਾਲੋ ਦੇ ਕੋਲ ਜਾ ਕੇ ਮਲਿਕ ਪਾਗੋ ਨੂੰ ਰੂਹਾਨੀ ਉਪਦੇਸ਼ ਦਿੱਤਾ। ਵੱਡੀਏ ਹੱਥ ਦਲਾਲ ਕੇ ਕਰੇ ਨਾਨਕ ਅੱਗੇ ਸੋ ਮਿਲੇ, ਦੇ ਖੱਟੇ ਕਾਲੇ ਦੇ ਖੱਟੇ ਕਾਲੇ। ਪਹਿਲੀ ਉਦਾਸੀ ਦੇ ਸਫ਼ਰ ਦੇ ਦੌਰਾਨ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਕੋਲ ਪਹੁੰਚੇ ਤਾਂ ਉਸ ਨੂੰ ਬੁਰੇ ਕੰਮਾਂ ਤੋਂ ਹਟਾ ਕੇ ਰੱਬੀ ਸੰਦੇਸ਼ ਦਿੱਤਾ ਤੇ ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ। ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਨ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ, ਤਿੱਥੇ ਖੜੇ ਦਿਸਨ। ਹਰਿਦੁਆਰ ਵਿਖੇ ਗੰਗਾ ਵਿੱਚ ਲੋਕਾਂ ਨੂੰ ਸੂਰਜ ਵੱਲ ਮੂੰਹ ਕਰਕੇ ਪਾਣੀ ਦਿੰਦੇ ਹੋਏ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਤਾਂ ਉਸ ਵੇਲੇ ਇਹ ਉਪਦੇਸ਼ ਦਿੱਤਾ। ਨਾਨਕ ਚੁੱਲੀਆਂ ਸੁੱਚੀਆਂ ਜੇ ਭਰ ਜਾਣੇ ਹੋਏ, ਸੁਰਤੇ ਚੁੱਲੀ ਗਿਆਨ ਕੀ ਜੋਗੀ ਕਾ ਜਤ ਹੋਏ, ਬ੍ਰਾਹਮਣ ਚੁੱਲੀ ਸੰਤੋਖ ਕੀ ਗਿਰਹੀ ਕਾ ਸਤਦਾਨ, ਰਾਜੇ ਚੁੱਲੀ ਨੇ ਆਵ ਕੀ ਪੜਿਆ ਸੱਚ ਧਿਆਨ, ਪੜਿਆ ਸੱਚ ਧਿਆਨ। ਆਪਣੀ ਪਹਿਲੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਦੇਵ ਮਹਾਰਾਜ ਲੋਕਾਂ ਨੂੰ ਤਾਰਦੇ ਹੋਏ ਜਦੋਂ ਗੋਰਖਮਤੇ ਪਹੁੰਚੇ ਤੇ ਉੱਥੇ ਉਹਨਾਂ ਦੀ ਮੁਲਾਕਾਤ ਜੋਗੀਆਂ ਦੇ ਨਾਲ ਹੋਈ ਤੇ ਸਤਿਗੁਰਾਂ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ। ਜੋਗ ਨਾ ਖਿੰਧਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਏ, ਜੋਗ ਨਾ ਮੁੰਦੀ ਮੂੰਡ ਮੁੜਾਈਏ, ਜੋਗ ਨਾ ਸਿੰਘੀ ਵਾਈਏ, ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗ ਦੇਵ ਪਾਈਏ, ਜੋਗ ਜੁਗ ਦੇਵ ਪਾਈਏ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਸਾਖੀਆਂ ਤੇ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਪਣਾਓ। ਗੁਰਮਤ ਯਾਤਰਾ Only on Radio City, ਰਗ ਰਗ ਚ ਦੌੜੇ ਸਿਟੀ।